ਕਿਸਾਨ ਨਾਲ ਸੰਬੰਧਿਤ ਸਮੂਹ ਕਿਸਾਨ ਵੀਰ ਜਿਨ੍ਹਾਂ ਨੇ ਵੀ ਇਸ ਅੰਦੋਲਨ ਨੂੰ ਸਪੋਰਟ ਕਰਨ ਲਈ ਆਏ ਹਨ ਆਪਣੇ ਆਪਣੇ ਘਰ-ਬਾਰ ਤਿਆਗ ਕੇ ਸੁੱਖ ਸਹੂਲਤਾਂ ਤਿਆਗ ਕੇ ਬੀਬੀਆਂ ਭੈਣਾਂ ਜਿਹੜੀਆਂ ਆਪਣੇ ਪੰਜਾਬ ਦੀ ਆਬਰੂ ਰੱਖਣ ਲਈ अपने घर बार त्याग के आई हैं समूह संगत नूं संगत दे रूप में समूह संगतां नूं वाहिगुरु जी का खालसा वाहिगुरु जी की फतेह। खालसा जी जिहड़ा संघर्ष जिहड़ा किसान अंदोलन बड़े अहम पड़ा ते पहुंच चुका जिस पड़ा दे उत्ते बड़िया दुश्वारियां आउणियां ने बड़िया मुश्किलां दा सामना करना पैना ਇਹਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਬੜਾ ਜ਼ਰੂਰੀ ਹੈ। ਤੁਹਾਡੇ ਸਾਰਿਆਂ ਦਾ ਸਹਿਯੋਗ ਦ੍ਰਿੜਤਾ ਵਾਲਾ ਸਹਿਯੋਗ ਅਣਖ ਵਾਲਾ ਸਹਿਯੋਗ ਅਖਲਾਕ ਵਾਲਾ ਸਹਿਯੋਗ ਇਹ ਸਹਿਯੋਗ ਜਿੰਨੀ ਦੇਰ ਤੁਹਾਡਾ ਨਾ ਹੋਇਆ ਉਨੀ ਦੇਰ ਤੱਕ ਤੁਹਾਡੇ ਲੀਡਰ ਕੁਝ ਕਰ ਨਹੀਂ ਪਾਉਣਗੇ। ਇਹ ਤੁਹਾਡਾ ਸਹਿਯੋਗ ਇਹੋ ਜਿਹਾ ਹੋਣਾ ਚਾਹੀਦਾ ਕਿ ਤੁਹਾਡੇ ਲੀਡਰ ਨੂੰ ਤੁਹਾਡੀ ਲੀਡਰਸ਼ਿਪ ਨੂੰ ਅਹਿਸਾਸ ਹੋਵੇ ਕਿ ਅਸੀਂ ਜੋ ਕੁਝ ਵੀ ਕਰਾਂਗੇ ਉਹ ਤੁਹਾਡੀ ਤੁਹਾਡੀ ਆਵਾਜ਼ ਦੇ ਤੁਹਾਡੀ ਪਿੱਛੇ ਦੀਵਾਰ ਦੀ ਤਰ੍ਹਾਂ ਖੜੀ ਤਾਕਤ ਦੇ ਸਦਕਾ ਕਰਨਗੇ। ਤੋ ਜਦੋਂ ਤੁਹਾਡੀ ਤਾਕਤ ਜਿਹੜੀ ਆ ਦੂਣ ਸਵਾਈ ਹੋਈ ਉਦੋਂ ਤੁਹਾਡੀ ਲੀਡਰਸ਼ਿਪ ਆਪਣੇ ਆਪ ਚੌੜੀ ਛਾਤੀ ਕਰਕੇ ਗੱਲ ਕਰੋਗੇ। ਤੋ ਇਹ ਸਮਾਂ ਜਿਹੜਾ ਸੰਘਰਸ਼ ਚੱਲਿਆ ਸੀ 1907 ਦੇ ਵਿੱਚ ਵੀ ਉਹ 9 ਮਹੀਨੇ ਚੱਲਿਆ ਉਹਦੀ ਅਗਵਾਈ ਕੀਤੀ ਸੀ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨੇ। ਜਦੋਂ ਇਹ ਗਾਣਾ ਤੁਰਿਆ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਤੋਂ ਸੰਘਰਸ਼ ਦੇ ਵਿੱਚ ਜਿਹੜੀ ਦ੍ਰਿੜਤਾ ਦਿਖਾਈ ਸੀ ਕਿਸਾਨਾਂ ਨੇ ਉਸ ਦ੍ਰਿੜਤਾ ਦੇ ਅੱਗੇ ਅੰਗਰੇਜ਼ ਨੂੰ ਝੁਕਣਾ ਪਿਆ ਸੀ ਤੋਂ ਅੰਗਰੇਜ਼ ਨੇ ਹੱਥ ਜੋੜ ਕੇ ਮਾਫੀ ਮੰਗੀ ਤੇ ਇਹ ਕਿਸਾਨ ਜਿਹੜਾ ਬਿੱਲ ਸੀ ਉਹ ਵਾਪਸ ਲਿਆ। ਉਹੀ ਕਾਲਾ ਕਾਨੂੰਨ ਇੱਕ ਸਦੀ ਤੋਂ ਬਾਅਦ ਤੁਹਾਡੇ ਉੱਤੇ ਪੈ ਗਿਆ। ਮੈਂ ਮਹਿਸੂਸ ਕਰਦਾ ਕਿ ਜਿਹੜਾ ਛੋਟਾ ਜ਼ਿਮੀਂਦਾਰ ਆ ਉਹਦੀਆਂ ਜ਼ਮੀਨਾਂ ਨਹੀਂ ਰਹਿਣਗੀਆਂ ਉਹ ਮਜ਼ਦੂਰ ਬਣੂਗਾ। ਮੈਂ ਮੋਟੇ ਲਫ਼ਜ਼ਾਂ 'ਚ ਕਹਾਂ ਕਿ ਬੰਦਾ ਸਿੰਘ ਬਹਾਦਰ ਆਇਆ ਸੀ ਜਿਹਨੇ ਤੁਹਾਨੂੰ ਮਜ਼ਹਿਰਿਆਂ ਤੋਂ ਜ਼ਮੀਨਦਾਰ ਬਣਾਇਆ ਸੀ ਮਾਲਕ ਬਣਾਇਆ ਸੀ ਤੇ ਜਿਹੜੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਅੱਜ ਅਸੀਂ ਇੰਗਲਿਸ਼ 'ਤੇ ਕਹਿ ਜਾਂਦੇ ਉਦੋਂ ਉਹਦੇ ਉਹ ਜ਼ਮੀਨਦਾਰ ਸੀ ਜਾਗੀਰਦਾਰ ਸੀ ਜਿਨ੍ਹਾਂ ਨੇ ਮੋਹਰਾਂ ਵਿਛਾ ਕੇ ਕਦੀ ਧਰਤੀ ਦਿੱਤੀ ਸੀ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ ਉਹਨਾਂ ਨੂੰ ਸੋਧਾ ਲਾ ਕੇ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਿਮੀਂਦਾਰ ਬਣਾਇਆ। ਅੱਜ ਉਹ ਜ਼ਿਮੀਂਦਾਰਾ ਤੁਹਾਡੇ ਹੱਥੋਂ ਸਾਡਾ ਆਪਣਾ ਲੀਡਰ ਖੋ ਕੇ ਲੈ ਗਿਆ। ਅੱਜ ਜਿਹੜੀ ਤੁਹਾਡੀ ਜਿਹੜੀ ਪਲਾਨਿੰਗ ਬਣੀ ਜਿਹੜਾ ਬਿੱਲ ਪਾਸ ਹੋਇਆ ਉਸ ਬਿੱਲ ਨੂੰ ਜੇ ਅਗਰ ਖਾਰਜ ਨਾ ਕੀਤਾ ਗਿਆ ਤੇ ਤੁਸੀਂ ਆਪਣੀ ਜ਼ਮੀਨ ਗਵਾ ਬੈਠੋਗੇ ਤੇ ਮਜ਼ਦੂਰੀ ਕਰੋਗੇ। ਤੋ ਅਸੀਂ ਮੈਂ ਤੁਹਾਨੂੰ ਇਹ ਯਾਦ ਕਰਾਉਣਾ ਕਿ ਇੱਕ ਦ੍ਰਿੜਤਾ ਤੇ ਆਤਮ ਵਿਸ਼ਵਾਸ ਤੇ ਤੁਹਾਡਾ ਯਕੀਨ ਆਪਣੀ ਲੀਡਰਸ਼ਿਪ ਦੇ ਵਿੱਚ। ਇੱਥੇ ਬੜੇ ਰੰਗ ਬਿਰੰਗੀ ਤਰ੍ਹਾਂ ਦੇ ਮਸਲੇ ਉੱਠ ਰਹੇ ਨੇ ਮੈਂ ਦੇਖ ਰਿਹਾ ਇਹਨਾਂ ਦੇ ਵਿੱਚ ਇਹ ਫੁੱਟ ਪਾਉਣ ਵਾਲੇ ਆਪਸੀ ਵਿਰੋਧ ਵਾਲੇ ਤੁਸੀਂ ਜਦੋਂ ਪੀੜੀ ਦਸਤਾਰ ਵਾਲੇ ਆਪਸ ਵਿੱਚ ਦੀ ਲੜੋਗੇ ਤੇ ਉਦੋਂ ਇਹ ਮਸਲੇ ਹੱਲ ਨਹੀਂ ਹੋਣੇ। ਇੱਥੇ ਬਹੁਤ ਅਸੀਂ ਇਹ ਪਹਿਲਾਂ ਦੇਖ ਚੁੱਕੇ ਇੱਕ ਸਾਡਾ ਧਰਮ ਯੁੱਧ ਮੋਰਚਾ ਲੱਗਾ ਸੀ ਉਹ ਕਿੰਨੀ ਦੇਰ ਲੱਗਾ ਰਿਹਾ ਤੇ ਕਿੰਨੀਆਂ ਕੁਰਬਾਨੀਆਂ ਹੋਈਆਂ ਕਿੰਨੀਆਂ ਸ਼ਹਾਦਤਾਂ ਹੋਈਆਂ ਅਕਾਲ ਤਖ਼ਤ ਢਹਿ ਗਿਆ ਸਾਡੀ ਆਬਰੂ ਰੁਲੀ ਸਾਰੇ ਹਿੰਦੁਸਤਾਨ 'ਚ ਪਰ ਸਾਨੂੰ ਮਿਲਿਆ ਕੁਛ ਨਹੀਂ ਬੇਇਤਫਾਕੀ ਦੀ ਵਜ੍ਹਾ ਨਾਲ। ਤੋ ਬੇਇਤਫਾਕੀ ਇੱਥੇ ਨਹੀਂ ਹੋਣੀ ਚਾਹੀਦੀ। ਤੁਹਾਡੀ ਜਿਹੜੀ ਲੀਡਰਸ਼ਿਪ ਆ ਇਹਦੇ 'ਤੇ ਤੁਹਾਡਾ ਯਕੀਨ ਹੋਣਾ ਚਾਹੀਦਾ ਪੱਥਰ ਵਰਗਾ ਜਿੰਨੀ ਦੇਰ ਇਹ ਰਿਜ਼ਲਟ ਨਹੀਂ ਦਿੰਦੀ। ਜਦੋਂ ਤੁਹਾਡਾ ਯਕੀਨ ਡੋਲ ਗਿਆ ਤੇ ਆਪਣੇ ਆਪ ਡੋਲ ਜਾਣਗੇ ਤੇ ਇਹਨਾਂ 'ਤੇ ਭਰੋਸਾ ਰੱਖ ਕੇ ਜਿਸ ਤਰ੍ਹਾਂ ਦੀ ਤੁਹਾਨੂੰ ਲਾਈਨ ਦਿੰਦੇ ਉਸ ਤਰ੍ਹਾਂ ਦੇ ਚੱਲੋ। ਮੈਂ ਤੇ ਇੱਥੇ ਆ ਕੇ ਬੈਠਾ ਸੀ ਪਿੱਛੇ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਸਟੱਡੀ ਨਹੀਂ ਕਿਸਾਨੀ ਮਸਲੇ ਦੇ ਹੱਲ ਲਈ ਮੈਂ ਕੋਈ ਰਾਏ ਨਹੀਂ ਦੇ ਸਕਦਾ ਨਾ ਹੀ ਮੈਨੂੰ ਦੇਣੀ ਚਾਹੀਦੀ। ਮੈਂ ਤੇ ਕੇਵਲ ਸਪੋਰਟ ਲਈ ਆਇਆ ਤੇ ਸਪੋਰਟ ਮੈਂ ਜਦੋਂ ਦਾ ਇਹ ਮੋਰਚਾ ਲੱਗਾ ਉਦੋਂ ਤੋਂ ਕਰਦਾ ਆ ਰਿਹਾ। ਸਾਡੀ ਪੰਥਕ ਅਕਾਲੀ ਪੰਥਕ ਲਹਿਰ ਸਪੋਰਟ ਕਰਦੀ ਆ ਰਹੀ ਹੈ। ਸਾਡੇ ਸਾਰੇ ਵਰਕਰ ਇੱਥੇ ਟਰਾਲੀਆਂ ਲੈ ਕੇ ਆਏ ਨੇ। ਸਾਡੀ ਦਿੱਲੀ ਦੀ ਜਿਹੜੀ ਪੰਥਕ ਅਕਾਲੀ ਪੰਥਕ ਲਹਿਰ ਆ ਉਹ ਇੱਥੇ ਉਦਣ ਤੋਂ ਸੇਵਾ ਕਰ ਰਹੀ ਸਟਾਲ ਲਾ ਕੇ। ਸਾਡਾ ਮੁੱਖ ਮਕਸਦ ਸਿਰਫ ਸਪੋਰਟ ਕਰਨਾ ਹੈ ਤੁਹਾਡੀ। ਅਸੀਂ ਤੁਹਾਨੂੰ ਰਾਏ ਦੇਣ ਲਈ ਆਏ ਨੇ ਹੁਕਮ ਦੇਣ ਲਈ ਨਹੀਂ ਆਏ ਨਾ ਕੋਈ ਤੁਹਾਨੂੰ ਸਲਾਹ ਦੇਣ ਲਈ ਆਏ। ਅਸੀਂ ਕੇਵਲ ਸਪੋਰਟ ਕਰਨ ਲਈ ਆਇਆ ਤੇ ਮੈਂ ਆਸ ਰੱਖੂੰਗਾ ਕਿ ਕੋਈ ਵੀ ਸੱਜਣ ਇੱਥੇ ਆਉਂਦਾ ਉਹ ਸਪੋਰਟ ਕਰੇ ਰਾਏ ਨਾ ਦੇਵੇ ਹੁਕਮ ਨਾ ਦੇਵੇ
लाइन ना बदले। कल इथे थोड़ा जा रौला पिया, एक कुछ प्रॉब्लम आई जिहड़ी बयान तो जिहड़े बयान दिता सीगा राजोवाल साहब ने। यह छोटिया छोटिया प्रॉब्लम जिहड़ियां तुसीं वड्डियां करके पेश करो ते तुहाडी इत्थे लड़ाई होगी, इन्हां नूं इग्नोर कर दिओ। ये बहुत वड्डे मसले नहीं, इत्थे किसे ने हनुमान की भी गल कर जानी, इसे किसी जय माता भी कह जानी है। बर्दाश्त करो, तुसी अपनी गल करो ते जिहड़े बुलारे करदे ने उन्हां नूं सुनो, लेकिन तुहाडा निशाना अपनी अपनी डिमांड अपने हकां ते अपने निशाने ते होना चाहीदा। वह जो निशाना तुहाडा वह खुंझना नहीं चाहीदा, उन्हूं कोई दूसरी लाइन च पा जावे आके ते वह फिर उहदे च एजेंसियां सफल होणगियां, तुहाडी मेहनत जिहड़ी आ वह व्यर्थ जाऊगी। मैनूं विश्वास है कि जिहड़ा अंदोलन पहला किसानां दा चलिया सी एक सदी पहला, उस तों इह तकड़ा अंदोलन होके ते जल्दी समाप्त होगा, तुसीं जित प्राप्त करोगे। मैं इंडिया सरकार नूं इह सलाह देनी चाहुंदा कि मोदी साहब अपना कद बहुत उच्चा पर सीना बड़ा सुंगड़िया। असीं इह प्रधानमंत्री देखिया जिहड़ा लाल बहादुर शास्त्री जी दा छोटा जिहा कद सी पर उहदा सीना बड़ा वड्डा सी। वह लाल बहादुर शास्त्री के सामने आई 65 की जंग, 1965 की जंग जिन्होंने देखी, मैं बार्डर का रहने वाला, मैं उदों दा मैं गल करदा, मैं छोटा जिहा सी। 65 की लड़ाई दे विच साडी फौज दे कोल हथियार नहीं सी हुंदे, 303 दी राइफल हुंदी सी। उस जंग दे विच जो कुछ कमियां पेशियां दिसियां तो लाल बहादुर शास्त्री ने इसे गुजरात जिहड़ी गुजरात का प्रधानमंत्री आ मोदी, इस गुजरात के कच्छ एरिए दे विच पंजाब दा ते हरियाणे दा किसान बसाया एज जवान दे पे साडी डिफेंस आ। एडा वड्डा उन्हें क्रांतिकारी फैसला लेके पंजाब ते हरियाणे दा किसान बसाया पर अज ये मोदी सरकार उसनू उजाड़न ते लगी। तो उसनू उजाड़न तो क्यों उजाड़न ते लगी, क्योंकि वह पंजाबी ने, क्योंकि वह हरियाणवी ने। तो ये सुंगड़िया सीना नू जिहड़ा इहनू संकोच लवे, जिसने राज करना वोटां लैके ते फिर वोटां दी गल सुने, वोटां सड़क ते रुलदियां फिरदियां ने ते इह राज दिल्ली बैठ के करे होना नहीं, इस तरह सिरे नहीं चढ़नी गल, फौजी शासन नहीं। इहदे विच लोक राय नूं नाल लैके जिहड़े किसान ने वह दर दर ते भटक रहे ने, कदी रेलां अगे बैठदे ने, कदी किते सड़कां रोकदे ने, इहनां नूं कोई चा नहीं चढ़िया। इत्थे जो कुछ भी हो रहा वह मजबूरी वस हो रहा, ते इह मजबूरी इहो जी है कि जे तुसीं अज ना खड़े लत कढ़ के ते तुहाडियां जमीनां नहीं लभणियां। तो मेरी हथ जोड़ के बेनती है समूह संगत नूं, मैं ज्यादा टाइम ना लवा, मेरी समूह संगतां नूं बेनती हथ जोड़ के कि असीं पंजाब 'च प्रचार कर रहे हैं सारिआं नूं कि तुसीं अपनी हाजरी लवाओ, ते हाजरी लगातार लगे ते इत्थे इह जिहड़ा माहौल आ इह गर्म रहे ते इहनां दे कन्न ते जिहड़ी जूं नहीं सरकदी इहनां नूं पता लगे जदों आल वर्ल्ड दे लोक इहनां ते उंगलां चुकण। तो तुहाडी सफलता दी अरदास करदा होया, कामना करदा होया, अपनी सपोर्ट तुहाडे नाल देंदा होया, मैं तुहाडे तो इजाजत लऊंगा। इह प्रण लैके जाना चाहुंदा मैं कि तुसीं बड़े आत्म विश्वास नाल, बड़ी गंभीरता नाल, बड़े सहज दे नाल तुसीं इहनां अपनी लीडरशिप दे पिछे दीवार बण के खड़ोगे ते छोटियां छोटियां गल्लां नूं कोई वड्डा विशा बना के इत्थे लड़ाई नहीं पाओगे। तो जे तुसीं सारे सहमत हो ते जगारा छड्ड के प्रवानगी दिओ। एक मैं बेनती होर इथों दियां दिल्ली दियां संगतां नूं जिहड़ियां हरियाणे दे वीर ने उहनां नूं एक बेनती होर करूंगा कि जिहड़ा जिहड़ा सेवा दा समान आ इह दूसरे बार्डर ते वी पहुंचाउण जिथे दूसरे किसान बैठे ने, किसे पासे कोई पक्ष कमजोर ना रहे।
कृपा कृपा कृपा। सानू यकीन है तुहाडी अणख ते, सानू यकीन है तुसी पंजाब दी आबरू बचा के आओगे, सानू बची यकीन है तुहाडा अखलाक, तुहाडे अखलाक दा पहरेदार साडा गुरु, तुसी जिस गुरु दी मोहर नू अपने चेहरे ते संभाल के बैठे हो वह साडे अंग संग आ। जदों चप्पड़चिड़ी दे मैदान च लड़ाई हुई ते उदों एक समां आया जदों लटेरे भज गए ते बंदा सिंह बहादुर नूं कोल पजा के गया घोड़ा बाज सिंह। उह कहिंदा बाबा जी बचा लो नहीं ते रुड़ गए। बाबा कहिंदा गुरु अंग संग अज किते नहीं रुड़ गए, असीं चढ़दी कला च मैदान जित के जावांगे, गोडियां ला के लड़ो। तो मैदान फतेह होई, उदों इतिहासकार लिखदा गिरियो वजीदा जा जिखमी होए, तिसे उठाए सक्यो नहीं कोई, गहो जाए सिंगन वह ताई, फतेह जंग की बंदे पाई। बंदे का डर परे हो ऐसे, मिर्ग डरत केहरते जैसे, बंदे पकड़ वजीदे ताई, बैलन गैल कसीट कराई। बैलां दे पिछे पाके वजीद खां नूं चप्पड़चिड़ी दे मैदान चो लियांदा सरहंद, फिर जीवत ही अग्नि बीच साड़ियो पाए वजीदा नीच। उस बादशाह ने साडे सिख बादशाह ने सानू सत सदियां दी गुलामी चो उजाला लिया के दिखाया, ते सानू राज करन दी रीत सिखाई, सानू मजहरियां तो जिमीदार बनाया। उस बादशाह दीआं बख्शां साडे नाल ने, चढ़दी कला च रहो ते अपनी लीडरशिप दा जिहड़ी तुहाडी लीडरशिप दी मर्यादा जिहड़ी उहनां दी नीति आ उहदे तहत उहनां नूं भरपूर सहयोग दिओ। भुल चुक लई खिमा जी, समूह संगतां दा, मेरे वीर जिहड़े किसान जथेबंदी दे आगू ने, सारिआं दा बहुत बहुत धन्नवाद। वाहिगुरू जी का खालसा, वाहिगुरू जी की फतह।